ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਏਕ ਓਅੰਕਾਰ ਸਤਿਗੁਰ ਪ੍ਰਸਾਦ ਅੱਠ ਅੰਤ ਅਧਿਆਇ ਮੰਗਲ ਵਰਣਨ ਦੋਹਰਾ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਅੱਠ ਅੰਤ ਅਧਿਆਇ ਮੰਗਲ ਵਰਣਨ, ਅਨੰਤਲੇ ਧਿਆ ਦਾ ਮੰਗਲ ਕਥਨ ਕਰਦੇ ਹਨ ਦੋਹਰਾ। ਸਾਰਸਤੀ ਨਿਦਾਸ ਪਰ ਭਈ ਸਹਾਇ ਅਪਾਰ, ਪਾਰਦ ਵਰਨੀ ਪਾਰਦਾ ਗ੍ਰੰਥ ਸਿੰਧ ਤੇ ਪਾਰ। ਨਿਜ ਮੈਨੇ ਆਪਣੇ ਦਾਸ ਪਰ ਸੇਵਕ ਤੇ ਭਈ ਮੈਨੇ ਹੋਈ, ਸਹਾਇ ਮੈਨੇ ਸਹਾਇਕ, ਅਪਾਰ ਮੈਨੇ ਬਹੁਤ ਹੀ, ਪਾਰਦ ਵਰਨੀ ਪਾਰੇ ਸਰੀਖੇ ਰੂਪ ਵਾਲੀ, ਪਾਰਦਾ ਪਾਰ ਦੇ ਦੇਣੇ ਵਾਲੀ, ਸਿੰਧ ਸਾਗਰ ਪਾਰ ਕਿਨਾਰਾ। ਸਾਰਸਵਤੀ ਨਿਜਦਾਸ ਪਰ ਭਈ ਸਹਾਇ ਅਪਾਰ, ਸ਼੍ਰੀ ਸਰਸਵਤੀ ਆਪਣੇ ਦਾਸ ਕੇ ਉੱਪਰ ਅਪਾਰ ਸਹਾਇਕ ਪਈ। ਪਾਰਦਵਾਨੀ ਪਾਰਦਾ ਗ੍ਰੰਥ ਸਿੰਧ ਤੇ ਪਾਰ, ਜਿਹਦਾ ਵਰਣ ਉੱਜਲ ਪਾਰੇ ਕੇ ਸਮਾਨ ਹੈ, ਗ੍ਰੰਥ ਸਮੁੰਦਰ ਕੇ ਪਾਰ ਕਾ ਪਾਰ ਕਿਨਾਰਾ ਦੇਣੇ ਹਾਰੀ ਹੈ। ਗ੍ਰੰਥ ਇੱਕ ਸਮੁੰਦਰ ਆ, ਇਹਨੂੰ ਪੂਰਾ ਕਰਨਾ ਇਸ ਰਸਤੀ ਦੇਵੀ ਬਾਕਬਾਣੀ ਬ੍ਰਹਮ ਵਿੱਦਿਆ ਚੌਪਈ। ਕਰਨੀ ਸੁਖ ਦੋ ਦਰਦ ਹਰਨੀ, ਹਰਨੀ ਸੁੱਤ ਸਮ ਅੰਖਨ ਵਰਨੀ, ਵਰਨੀ ਬਕਰ ਮਹਾਂਸ਼ਬ ਧਰਨੀ, ਧਰਨੀ ਬੁੱਧ ਕੀ ਬੈਯਤਨ ਤਰਨੀ। ਕਰਨੀ ਕਰਨੇ ਵਾਲੀ, ਹਰਨੀ ਨਾਸਣੇ ਹਾਰੀ, ਹਰਨੀ ਸੁੱਤ ਸਮ, ਹਾਂਜੀ ਜਿਵੇਂ ਮਿਰਗੀ ਦਾ ਸਾਬਕ ਜੈਸੀ, ਮਿਰਦੀ ਦਾ ਸਾਬਕ ਜਿਵੇਂ ਬੱਚਾ ਹੁੰਦਾ ਹੈ। ਔਰ ਅੰਖਨ ਨੇਤਰ ਵਰਨੀ ਜਿਸ ਕੇ ਕਥੇ ਹੈ, ਕਥਨ ਕੀਤੇ ਹੈ, ਵਰਨੀ ਪ੍ਰਗਟੀ ਪ੍ਰਵਟੇ, ਬੱਕਰ ਟੇਢੀ ਮਹਾਂਸ਼ਬ ਮਹਾਨ ਸੋਭਾ, ਧਰਨੀ ਧਾਰਨੇ ਹਾਰੀ, ਧਾਰਨੀ ਬੁੱਧੀ ਕੀ, ਧਾਰਨੇ ਹਾਰੀ ਬੁੱਧੀ ਕੀ, ਬੈਤਨ ਮੈਨੇ ਉਮਰ, ਧਰਨੀ ਯੁਵਾ ਅਵਸਥਾ। ਕਰਨੀ ਸੁਖ ਦੁੱਖ ਦਾਰਦ ਹਰਨੀ, ਇਹ ਜਗਦੀ ਜੋ ਜਗਦੀਸ਼ਵਰੀ ਹੈ, ਸੋ ਸੁਖ ਕੇ ਕਰਨਹਾਰ, ਦੁੱਖ ਅਤੇ ਦਾਰਦ ਦਲਿੱਦਰ ਕੋ ਹਰਨੇ ਹਾਰੀ ਹੈ। ਹਰਨੀ ਸੁੱਤ ਸਮ ਅੰਖਨ ਵਰਨੇ, ਮਿਰਗ ਸਾਵਕ ਬੱਚੇ ਕੇ ਸਮਾਨ, ਜਿਨ ਕੇ ਨੇਤਰੋਂ ਕੀ ਸੋਭਾ ਵਰਣਨ ਕਰੀ ਜਾਤੀ ਹੈ। ਧਰਨੀ ਬਕਰ ਮਹਾਂਸ਼ਬ ਧਰਨੀ, ਨੇਤਰੋਂ ਕੀ ਪ੍ਰਕੁਟੀ ਪ੍ਰਵਟੇ, ਟੇਢੇ ਕੁਟਲ ਵੱਡੇ ਹੀ ਛਬੀਲੇ ਸੋਭਾ ਧਾਰਨ ਹਾਰੇ ਹੈ। ਬੱਕਰ ਮਹਾਂਸ਼ਬ ਧਰਨੀ, ਮਹਾਂਸੋਭਾ ਨੂੰ ਧਾਰਨ ਵਾਲੀ, ਧਰਨੀ ਬੁੱਧ ਕੀ ਬੈਤਨ ਧਰਨੀ, ਬੁੱਧੀ ਕੇ ਧਾਰਨ ਵਾਲੀ, ਸਰੀਰ ਕੀ ਬੈ ਅਵਸਥਾ ਯੁਵਾ ਵਾਲੀ ਹੈ। ਚੌਪਈ ਧਰਨੀ ਬਿਘਨ ਸਿੱਧ ਜੈ ਸਰਨੀ, ਸਰ ਨੀਰਜ ਦੁੱਤ ਦ੍ਰਿਗ ਅਧਰਨੀ, ਦਾਰਨੀ ਦਰਨੀ ਦੁਖਨ ਦਾਸ ਉਧਰਨੀ, ਧਰਨੀ ਕਰਨਾ ਗੁਨੀਅਨ ਵਰਨੀ।
ਤਰਨੀ ਮੈਨੇ ਨਾਵਕਾ ਬੇੜੀ, ਵਿਘਨ ਕਲੇਸ਼, ਰਾਗ ਦੁਵੈਸ਼, ਅਵਿਦਿਆ ਅਸਿਮਤਾ, ਅਵਿਨਿਵੇਸ਼, ਪੰਜ ਤਰ੍ਹਾਂ ਦੇ ਸਿੰਧ ਸਮੁੰਦਰ, ਜਹਿ ਜਿਸ ਕੀ ਸਰਨੀ ਸਰਨ, ਸਰ ਸਦਰਸ਼, ਰਾਜ ਕਬਲ, ਨੀਰਜ ਮੈਨੇ ਕਬਲ, ਦੁੱਤ ਸੋਭਾ, ਦ੍ਰਿਗ ਨੇਤਰੋਂ ਕੀ ਅਦਰਨੀ ਆਦਰਨੀ ਸਤਿਕਾਰਨੀ, ਦਰਨੀ ਨਾਸ਼ਕ, ਹਾਂਜੀ ਉਦਰਨੀ, ਔਰ ਪਾਰ ਦਾ ਉਧਾਰ ਕਰਨ ਵਾਲੀ, ਧਰਨੀ ਧਾਰਨੇ ਹਰੀ, ਕਰਣਾ ਦਇਆ, ਗੁਨੀਅਨ ਬੁੱਧੀਵਾਨੋ ਬਰਨੀ ਕਥੀ ਹੈ। ਧਰਨੀ ਵਿਘਨ ਸਿੰਧ ਜੈ ਸਰਨੀ, ਜਿਨ ਕੀ ਸਰਨੀ ਸਰਨਾਗਤ, ਵਿਘਨ ਸਾਗਰ ਤੇ ਤਾਰਨੇ ਹਾਰ ਹੈ। ਸਰ ਨੀਰਜ ਦੁੱਤ ਦ੍ਰਿਗ ਅਦਰਨੀ ਆਦਰਨੀ, ਹੇ ਨੀਰਜ ਕਵਲ ਸਦਰਸ਼, ਜਾਂ ਕੀ ਨੇਤਰ ਉਪਮਾ ਕੀ ਦੁਤੀ ਸੋਭਾ, ਆਦਰਨੀ ਸਤਿਕਾਰ ਵਾਲੀ ਹੈ। ਦਰਨੀ ਦੋਖਨ ਦਾਸ ਉਧਰਨੀ, ਔਰ ਦੋਸ਼ੋਂ ਕਾ ਨਾਸ ਕਰਨ ਹਾਰੀ, ਦਾਸੋਂ ਕੇ ਔਰ ਧਾਰ ਪਾਰ ਕਰਨੇ ਵਾਲੀ, ਧਰਨੀ ਕਰਣਾ ਗੁਨੀਅਨ ਵਰਨੀ, ਕਿਰਪਾ ਕੇ ਧਾਰਨੇ ਵਾਲੀ, ਗੁਣੀ ਜਨੋ ਨੇ ਕਥਨ ਕਰੀ ਹੈ। ਗੁਣੀਆਂ ਨੇ ਉਹਦੀ ਉਪਮਾ ਐਸੀ ਕੀਤੀ ਹੈ। ਚੋ ਭਈ ਵਰਨੀ ਕੁੰਦ ਇੰਦ ਆ ਭਰਨੀ, ਭਰਨੀ ਨਾਗ ਵਿਘਨ ਗਨ ਅਰਨੀ, ਅਰਨੀ ਕਰੇ ਆਨੰਦ ਉਸਰਨੀ, ਸਰਨੀ ਪਰੇ ਕਲੇਸ਼ ਨਿਵਰਨੀ। ਵਰਨੀ ਰੰਗ ਕੁੰਦ ਕੁੰਦ ਕਲਾ, ਕੁੰਦ ਦੇ ਫੁੱਲ ਵਾਂਗ, ਕੁੰਦ ਦੀ ਕਲੀ ਵਾਂਗ, ਇੰਦਰ ਚੰਦਰ ਮਾਂ, ਆਭਰਨੀ ਸੋਭਾ, ਭਰਨੀ ਭੂਖਣ ਨਾਗ ਸਰਪੋਂ ਵਾਲੀ, ਵਿਘਨ ਗਨ ਕਲੇਸ਼ ਰੂਪ ਸਮੂਹ, ਅਗਨੀ ਅਗਨੀ ਸਮ, ਅਰਨੀ ਦਾਹਕ ਜਿਵੇਂ ਅੱਗ ਸਾੜਦੀ ਹੈ, ਆਨੰਦ ਸੁਖ ਉਹ ਸਰਨੀ ਵਧਾਵਣੇ ਹਰੀ, ਕਲੇਸ਼ ਦੁੱਖੋਂ ਕੋ ਨਵਰਨੀ ਨਵਾਰਨੇ ਹਾਰੀ। ਵਰਨੀ ਕੁੰਦ ਇੰਦ ਆਭਰਨੀ, ਕੁੰਦ ਕਲੀ ਸਮਾਨ ਉੱਜਲ ਵਰਨ ਸਰੂਪ ਵਾਲੀ, ਚੰਦਰਮਾ ਕੋ ਭੂਖਣ ਧਾਰਨੇ ਵਾਲੀ, ਭਰਨੀ ਨਾਗ ਵਿਘਨ ਗਨ ਅਰਨੀ, ਔਰ ਨਾਗ ਜਿਸ ਕੇ ਭੂਖਣ ਹੈ, ਵਿਘਨ ਸਮੁਦਾਇਕ ਕੋ ਸਾੜਨੇ ਵਾਲੀ ਅਗਨੀ ਸਮ ਹੈ, ਜਿਵੇਂ ਅੱਗ ਸਾੜਦੀ ਹੈ, ਅਰਨੀ ਅੱਗ ਵਾਂਗ ਵਿਘਨਾਂ ਨੂੰ ਸਾੜ ਦਿੰਦੀ ਹੈ। ਅਰਨੀ ਕਰੇ ਆਨੰਦ ਅਸਰਨੀ, ਅਰਨ ਹਰੀ ਬੈਰੀਓਂ ਸਾਥ ਅੜਨਾ ਕਰਦੀ ਹੈ, ਆਨੰਦ ਕੇ ਉਸਾਰਨੇ ਵਧਾਉਣੇ ਵਾਲੀ ਹੈ। ਸਰਨੀ ਪਰੇ ਕਲੇਸ਼ ਨਿਵਰਨੀ, ਜੋ ਸਰਨੀ ਪੜੇ ਆਕਰ ਉਸਕੇ ਕਲੇਸ਼ ਨਿਵਾਰਨੇ ਵਾਲੀ ਹੈ। ਚੌਪਈ ਹਰੀ ਸਿਮਰ ਕਥ ਪੂਰਨ ਕਰੀ, ਕਰੀ ਕਲਹ ਕੋ ਬਾਗਨ ਖਰੀ, ਖਰੀ ਪਈ ਜੇ ਮੁਕਤਾ ਲਰੀ,
ਲਰੀ ਕੁਮਤ ਸੇ ਤੂਰਨ ਹਰੀ। ਹਰੀ ਸਿਮਰ ਮੈਨ ਈਸ਼ਵਰ ਚਿੰਤਨ ਰੂਪ, ਕਥਾ ਪੂਰਨ ਕਰੀ, ਪੂਰਨ ਕਰਨੇ ਹਾਰੀ, ਕਰੀ ਹਾਥੀ ਰੂਪ। ਕਲਹ ਕੋ ਪਾਪੋਂ ਕੋ ਬਾਗਨ ਸਿੰਘਨੀ ਹੈ, ਖਰੀ ਮੈਨੇ ਅੱਛੀ ਭਈ ਮੈਨੇ ਹੋਈ, ਜਿਮ ਜੈਸੀ ਮੁਗਤਾ ਮੋਤੀ ਕੀ, ਲਰੀ ਲੜੀ ਲਰੀ ਡੋਰੀ, ਕੁਮਤ ਖੋਟੀ ਬੁੱਧ ਤੂਰਨ ਸ਼ੀਗਰ, ਹਰੀ ਮੈਨੇ ਦੂਰ ਕਰੀ। ਹਰੀ ਸਿਮਰ ਕਥ ਪੂਰਨ ਕਰੀ, ਹਰੀ ਪਰਮਾਤਮਾ ਕੋ ਚਿੰਤਨ ਕਰਵਾਉਣੇ ਵਾਲੀ ਕਥਾ ਪੂਰਨ ਕੀਤੀ ਹੈ। ਧੰਨਵਾਦ ਕਰ ਰਹੇ ਹਾਂ। ਕਰੀ ਕਲ ਕੋ ਬਾਗਨ ਖਰੀ, ਜੇ ਕਥਾ ਕੈਸੀ ਹੈ, ਹਸਤੀ ਹਾਥੀ ਸਮਾਨ ਜੋ ਕਲਖ ਪਾਪ ਹਨ ਉਨਕੋ ਸਿੰਘਨੀ ਸਦਰਸ਼ ਆਗੇ ਖੜੀ ਹੈ ਨਾਸ ਕਰਨੇ ਕੋ, ਖਰੀ ਪਈ ਜੇ ਮੁਕਤਾ ਲਰੀ, ਜੇ ਕਥਾ ਅੱਛੀ ਮੋਤੀਆਂ ਕੀ ਲੜੀ ਮੈਨੇ ਪੰਗਤੀ ਸਮਾਨ ਪਈ ਹੈ। ਲਰੀ ਕੁਮਤ ਸੇ ਤੂਰਨ ਹਰੀ, ਖੋਟੀ ਬੁੱਧੀ ਰੂਪੀ ਲੜੀ ਡੋਰੀ ਕੋ ਸ਼ੀਘਰ ਹੀ ਹਰਨੇ ਵਾਲੀ ਹੈ, ਨਾਸ ਕਰਨ ਵਾਲੀ ਹੈ। ਚੌਪਈ ਪਾਰ ਬ੍ਰਹਮ ਕੋ ਗੁਰ ਅਵਤਾਰ, ਤਾਰਨ ਹਿਤ ਜਗਤ ਭਗਤੋ ਆਧਾਰ, ਦਾਰਨ ਦੁੱਖ ਤੇ ਕੀਨੋ ਆਧਾਰ, ਪਾਰੇ ਸਿੱਖੀ ਪਰੇ ਸੋ ਪਾਰ। ਪਾਰ ਬ੍ਰਹਮ ਕੇ ਪਰਮਾਤਮਾ ਕੇ ਤਾਰਨ ਹਿਤ ਪਾਰ ਕਰਨੇ ਕੋ ਜਗ ਸੰਸਾਰ ਤੋਂ, ਭਗਤ ਸੇਵਕੋਂ ਕੋ ਉਧਾਰ ਮੈਨੇ ਸ੍ਰੇਸ਼ਟ ਹੈ, ਦਾਰਨ ਕਠਨ ਦੁੱਖ ਤੇ ਕਲੇਸ਼ ਮੈਂ ਕੀਨ ਕੀਤਾ, ਉਧਾਰ ਨਿਸਤਾਰਾ। ਪਾਰੇ ਸਿੱਖੀ ਪਾਲੇ ਹੈ ਸੇਵਕ, ਪਰੇ ਸੋ ਪਾਰ ਪਾਰ ਹੋ ਗਏ। ਪਾਰ ਬ੍ਰਹਮ ਕੇ ਗੁਰ ਅਵਤਾਰ, ਸ਼੍ਰੀ ਗੁਰੂ ਜੀ ਪਾਰ ਬ੍ਰਹਮ ਵਾਹਿਗੁਰੂ ਜੀ ਕੇ ਅਵਤਾਰ ਪਏ ਹੈ। ਤਾਰਨ ਹਿਤ ਜਗਤ ਗਤ ਉਧਾਰ, ਉਧਾਰ ਸ੍ਰੇਸ਼ਟ ਭਗਤੀ ਦਾਨ ਦੇ ਕਰ ਤਾਰਨੇ ਦੇ ਕਾਰਨ ਜਗਤ ਮੈਂ ਆਏ ਹੈ, ਸੰਸਾਰ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਆਏ ਹੈ। ਦਾਰਨ ਦੁੱਖ ਤੇ ਕੀਨੋ ਆਧਾਰ, ਔਰ ਜਿਨ੍ਹਾਂ ਨੇ ਕਠਨ ਦੁੱਖੋਂ ਕੋ ਦਾਰਨ ਕਠਨ ਦੁੱਖੋਂ ਕੋ ਸੇਵਕੋਂ ਕੋ ਉਧਾਰਨ ਕਰ ਦਿਆ ਹੈ, ਉਹਨਾਂ ਦੇ ਆਧਾਰ ਵਾਸਤੇ ਆਏ ਹੈ। ਪਾਰੇ ਸਿੱਖੀ ਪਰੇ ਸੋ ਪਾਰ, ਐਸੀ ਸਿੱਖੀ ਦੀ ਪਾਲਣਾ ਕਰੀ ਸੰਸਾਰ ਸਾਗਰ ਸੇ ਪਾਰ ਹੋ ਗਏ ਦਾਸ ਜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।